ਤਦੇ ਪਤਾ ਲੱਗਾ ਇਹਨਾਂ ਦੀਆਂ ਫਿਲਮਾਂ ਬਣੀਆਂ ਜਾਂ ਗਾਉਣ ਵਾਲਿਆਂ ਨੇ ਦੱਸਿਆ, ਨਹੀਂ ਤਾਂ ਉਦਾਂ ਕਿੱਥੇ ਪਤਾ ਲੱਗਣਾ ਸੀਗਾ ਇੱਥੇ ਕੀ ਲੈਣਾ ਹੈ। ਪੱਗ ਲੈਣਾ ਹੈ। ਕੱਲਾ ਹੀ ਆ ਗਿਆ ਕਿੱਥੇ ਨਾ ਤੇਰੇ ਹਮਾਇਤੀ ਸ਼ੇਰ ਕੱਲਾ ਹੀ ਹੁੰਦਾ ਕੁਕਰਾ। ਸਤਿ ਸ਼੍ਰੀ ਅਕਾਲ ਜੀ, ਟੋਕਰਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਜਦੋਂ ਸੂਰਮਿਆਂ ਦਾ ਨਾਂ ਆਉਂਦਾ ਤਾਂ ਪਹਿਲੀਆਂ ਦੇ ਵਿੱਚ ਸੁੱਚੇ ਸੂਰਮੇ ਦਾ ਨਾਂ ਆਉਂਦਾ। ਇੱਕ ਫਿਲਮ ਵੀ ਰਿਲੀਜ਼ ਹੋ ਰਹੀ ਆ ਸੁੱਚਾ ਸੂਰਮਾ। ਇਹ ਇੱਕ ਚੰਗਾ ਉਪਰਾਲਾ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਯੋਧੇ ਹੋਏ ਨੇ, ਸਾਡੇ ਸੂਰਮੇ ਹੋਏ ਨੇ, ਨੌਜਵਾਨ ਪੀੜ੍ਹੀ ਨੂੰ ਪਤਾ ਹੋਣਾ ਚਾਹੀਦਾ। ਅਤੇ ਆਓ ਗੱਲਾਂ ਪਤਾ ਕਰਦੇ ਹਾਂ। ਸਾਡੇ ਨਾਲ ਕੁਝ ਬਜ਼ੁਰਗ ਬੈਠੇ ਹੋਏ ਨੇ, ਅਸੀਂ ਫਲੋਰ ਦੇ ਲਾਗੇ ਇੱਧਰ ਆਏ ਹੋਏ ਹਾਂ। ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਹੁਣ ਪਿੰਡਾਂ ਪਿੰਡਾਂ 'ਚ ਜਾ ਕੇ ਘੁੰਮਣਾ, ਤਾਂ ਤੁਸੀਂ ਵੀ ਆਪਣੇ ਪਿੰਡ 'ਚ ਸਾਨੂੰ ਬੁਲਾ ਸਕਦੇ ਹੋ, ਤਾਂ ਸਾਨੂੰ ਮੈਸੇਜ ਕਰ ਸਕਦੇ ਹੋ। ਇੰਸਟਾਗ੍ਰਾਮ 'ਤੇ ਹਰਜੀਤ ਕਾਕੇ ਦੇ ਨਾਂ 'ਤੇ ਆਈ ਡੀ ਹੈ ਮੇਰੀ, ਅਤੇ ਬਜ਼ੁਰਗ ਸਾਡੇ ਨਾਲ ਬੈਠੇ ਹੋਏ ਨੇ, ਗੱਲਾਂ ਪਤਾ ਕਰਦੇ ਹਾਂ। ਹਾਂਜੀ ਬਾਪੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੋਰ ਠੀਕ ਠਾਕ ਹੋ ਜੀ? ਠੀਕ ਹੈ ਜੀ। ਆਪਣੀ ਸਿਹਤ ਸੁਣਾਓ? ਬਹੁਤ ਵਧੀਆ। ਇਹ ਕੀ ਨਾਮ ਕੀ ਹੈ ਪਿੰਡ ਦਾ ਜੀ? ਇਹ ਨਾਮ ਜੀ ਬ੍ਰਹਮਪੁਰੀ ਆ। ਪਹਿਲਾਂ ਜ਼ਿਆਦਾ ਇੱਥੇ ਅਸੀਂ ਆਏ ਹਾਂ। ਹਾਂਜੀ। ਉਦੋਂ ਕੋਈ ਇੱਥੇ ਬ੍ਰਹਮਪੁਰੀ ਦਾ ਕੋਈ ਨਾਂ ਨਾ ਸੀ। ਅੱਛਾ। ਅਤੇ ਬਾਬਾ ਜੀ ਆਏ ਸੀਗੇ ਬ੍ਰਹਮਦਾਸ ਜੀ। ਬ੍ਰਹਮਦਾਸ? ਹਾਂ। ਉਹਨੇ ਆਣ ਕੇ ਇਹ ਡੇਰਾ ਵਸਾਇਆ ਅਤੇ ਉਹਦੇ ਨਾਂ 'ਤੇ ਇਹ ਪਿੰਡ ਬੱਸ। ਪਿੰਡ ਬੱਸ? ਪਿੰਡ ਬੱਸ। ਤੁਹਾਡਾ ਨਾਮ ਕੀ ਬਾਪੂ ਜੀ? ਬੋਲ ਗਿਆ। ਮੇਰਾ ਨਾਂ ਜੀ ਠਾਕਰ ਰਾਮ। ਠਾਕਰ ਰਾਮ? ਹੈ। ਬਾਅਦ ਵਿੱਚ ਇਹ ਸੰਤ ਜ਼ਿਆਦਾ ਆਏ ਆ, ਬਹੁਤ ਕਰਨੀ ਵਾਲੇ ਆ ਮਹਾਤਮਾ ਇਹ। ਇਹਨੀ ਜਾਣੀ ਬਹੁਤ ਸਹਿਯੋਗ ਦਿੱਤਾ ਪਿੰਡਾਂ ਨੂੰ। ਪਿੰਡਾਂ ਨੂੰ? ਪਿੰਡਾਂ ਨੂੰ ਬਹੁਤ ਸਹਿਯੋਗ ਦਿੱਤਾ ਵੀ ਸਾਡੇ ਕੋਲ ਤੁਸੀਂ ਆਓ ਅਤੇ ਤੁਹਾਡੀਆਂ ਜਿਹੜੇ ਮਸਲੇ ਆ ਉਹ ਹੱਲ ਹੋਣ, ਹੱਲ ਹੋਣਗੇ। ਕਰਦੇ ਵੀ ਹੈਗੇ ਆ, ਕਰਦੇ ਵੀ ਆ, ਸਰਕਾਰ ਬਹੁਤ ਉੱਚੀ ਆ। ਅੱਛਾ ਬਾਪੂ ਜੀ, ਤੁਸੀਂ ਸੁਣਿਆ ਹੋਣਾ ਸੁੱਚਾ ਸੂਰਮਾ? ਹਾਂਜੀ। ਇੱਕ ਯੋਧਾ ਹੋਇਆ ਪੰਜਾਬ ਦਾ ਸੁੱਚਾ ਸੂਰਮਾ, ਸੁਣਿਆ ਜੀ ਉਹਦੇ ਬਾਰੇ? ਬਿਲਕੁਲ ਜੀ। ਹਾਂ, ਉਹਦੇ ਬਾਰੇ ਥੋੜ੍ਹਾ ਜਿਹਾ ਦਰਸ਼ਕਾਂ ਨੂੰ। ਦੇਖੋ ਜੀ, ਸੁੱਚੇ ਸੂਰਮੇ ਦੀ ਗੱਲ ਇੱਦਾਂ ਸੀਗੀ ਬਈ, ਉਹਨੀ ਬਹੁਤ ਵਧੀਆ ਵਧੀਆ ਪ੍ਰੋਗਰਾਮ ਕੀਤੇ ਆ। ਠੀਕ ਹੈ। ਹੈਂ, ਗਊਆਂ ਵੀ ਛਡਾਈਆਂ ਉਹਨੀ। ਹੈਂ, ਉਹਨੀ ਬਹੁਤ ਵਧੀਆ ਵਧੀਆ ਸਹਿਯੋਗ ਦਿੱਤਾ ਆ। ਹੈਂ, ਅਤੇ ਇਸ ਕਰਕੇ ਉਹਦਾ ਨਾਂ ਚੱਲਦਾ ਆ। ਕਿਆ ਬਾਤ ਹੈ। ਬਾਪੂ ਜੀ ਨੇ ਗੱਲ ਕੀਤੀ ਕਿ ਜਿਹੜਾ ਸੁੱਚਾ ਸੂਰਮਾ ਹੋਇਆ ਉਹਨੇ ਹਿੰਦੂ ਸਮਾਜ, ਸਾਡੇ ਵੀਰ ਨੇ ਉਹਨਾਂ ਦੇ ਸਮਾਜ, ਹਿੰਦੂ ਸਮਾਜ ਦੇ ਵਿੱਚ ਗਊਆਂ ਦਾ ਬਹੁਤ ਸਤਿਕਾਰ ਆ, ਅਤੇ ਇਹ ਬੁੱਚੜ ਹੋਇਆ ਕਰਦੇ ਸੀਗੇ, ਉਹ ਗਊਆਂ ਨੂੰ ਮਾਰ ਦਿੰਦੇ ਸੀ, ਅਤੇ ਸੁੱਚੇ ਸੂਰਮੇ ਨੇ ਉਹ ਬੁੱਚੜਾਂ ਨੂੰ ਮਾਰਤਾ ਅਤੇ ਗਊਆਂ ਛਡਾਈਆਂ ਸੀ। ਇਹ ਮੈਨੂੰ ਲੱਗਦਾ ਕਿ ਸੁੱਚੇ ਸੂਰਮੇ ਦੇ ਇਤਿਹਾਸ ਬਾਰੇ ਘੱਟ ਲੋਕਾਂ ਨੂੰ ਪਤਾ ਅਤੇ ਦੱਸਣਾ ਚਾਹੀਦਾ। ਬਾਪੂ ਜੀ ਨੇ ਕਿੱਡੀ ਸੋਹਣੀ ਗੱਲ ਕੀਤੀ, ਆਪਾਂ ਤਾਂ ਗਾਣਾ ਜਿਹੜਾ ਸੁਣਿਆ ਹੋਇਆ, ਕਿਉਂਕਿ ਗਾਣੇ ਦੇ ਵਿੱਚ ਇੱਕ 3 ਮਿੰਟ ਦੇ ਵਿੱਚ ਅਸੀਂ ਕਿੰਨਾ ਕੁ ਜਿਹੜਾ ਇਤਿਹਾਸ ਦੱਸ ਪਾਵਾਂਗੇ। ਹਾਂਜੀ ਬਾਪੂ ਜੀ, ਕੀ ਹਾਲ ਹੈ ਜੀ? ਠੀਕ ਹੈ। ਤੁਸੀਂ ਸੁਣਾ। ਕੀ ਨਾਮ ਕੀ ਹੈ ਤੁਹਾਡਾ ਜੀ? ਤਰਸੇਮ ਲਾਲ। ਤਰਸੇਮ ਲਾਲ। ਕਿੰਨੀ ਉਮਰ ਕਿੰਨੀ ਹੈ ਤੁਹਾਡੀ? ਉਮਰ 80 ਸਾਲ ਦੀ। 80 ਸਾਲ ਆ ਤੁਹਾਡੀ? ਕਿਆ ਬਾਤ ਹੈ ਬਾਪੂ ਜੀ, ਐਂ ਲੱਗਦੇ ਨਹੀਂ ਸੀ 80 ਸਾਲ ਦੇ, ਫਿੱਟ ਪਏ ਆ। ਜਦੋਂ ਪਾਕਿਸਤਾਨ ਬਣਿਆ ਉਦੋਂ ਕਿੰਨੇ ਸਾਲ ਦੇ ਸੀ ਤੁਸੀਂ? ਉਦੋਂ ਮੈਂ 3 ਕੁ ਸਾਲਾਂ ਦਾ। 3 ਕੁ ਸਾਲਾਂ ਦਾ? ਠੀਕ ਹੈ। ਹੋਸ਼ ਨਹੀਂ ਸੀ ਹੋਣੀ ਤੁਹਾਨੂੰ? ਇਹ ਇੱਥੋਂ ਦੇ ਸੀਗੇ ਕਿ ਪਿੱਛੋਂ ਉੱਠ ਗਿਆ ਸੀ? ਸਾਡਾ ਪਿੰਡ ਅਕਲਪੁਰਾ ਆ। ਅਕਲਪੁਰਾ ਨਾਲ ਹੀ ਆ ਜਿਹੜਾ? ਹਾਂ, ਇਹ ਵੀ ਸਾਡੇ ਪਿੰਡ ਦਾ ਹੀ ਆ, ਇੱਥੇ ਆ ਕੇ ਨਹੀਂ ਜਗ੍ਹਾ ਲਈ ਹੈ। ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਹੈ। ਅੱਛਾ, ਇਹ ਬਾਪੂ ਜੀ ਸੁੱਚੇ ਸੂਰਮੇ ਬਾਰੇ ਤੁਸੀਂ ਸੁਣਿਆ ਹੋਏਗਾ, ਕੀ ਕਹਿਣਾ ਚਾਹੋਗੇ? ਉਹ ਤਾਂ ਜਾਣੀ ਇੰਨੀ ਜਿੰਨੀ ਇਹ ਕਹਾਣੀ ਜਾਣਦੇ ਸਾਨੂੰ ਇੰਨਾ ਪਤਾ ਨਹੀਂ ਹੈਗਾ। ਹਾਂ, ਇਹ ਤਾਂ ਜਾਣੀ ਇੱਧਰ ਅੱਜ ਦਾ ਹੁਣ ਗਾਉਂਦੇ ਆ ਉਹਨਾਂ 'ਤੇ ਪਤਾ ਲੱਗਦਾ। ਜਾਂ ਭਗਤ ਸੋਹਣੀ ਜਿੱਦਾਂ ਸੂਰਮੇ ਵਾਲੇ ਕੰਮ ਕੀਤੇ, ਜਦੋਂ ਆਪਣੇ ਦੇਸ਼ ਨੂੰ ਆਜ਼ਾਦ ਕਰਾਇਆ, ਅਤੇ ਉਹਨਾਂ 'ਚ ਫਿਰ ਇੱਦਾਂ ਕਹਾਣੀਆਂ ਢਾਡੀਆਂ ਕਲਾਕਾਰਾਂ ਨੇ ਸ਼ੁਰੂ ਕਰ ਦਿੱਤੀਆਂ। ਇਹ ਪਤਾ ਲੱਗਦਾ। ਇਹ ਬਾਪੂ ਜੀ, ਤੁਹਾਨੂੰ ਲੱਗਦਾ ਕਿ ਇਹ ਜਿਹੜੀ ਜਿਵੇਂ ਵੱਡੇ ਵੱਡੇ ਸੂਰਮੇ ਹੋਏ ਨੇ, ਜਿਵੇਂ ਭਗਤ ਸਿੰਘ ਵਰਗੇ ਯੋਧੇ ਹੋਏ ਨੇ, ਸੁੱਚੇ ਸੂਰਮੇ ਵਰਗੇ ਹੋਏ ਨੇ, ਇਹ ਇਹਨਾਂ ਦੇ ਉੱਤੇ ਆਧਾਰਿਤ ਫਿਲਮਾਂ ਬਣਨੀਆਂ ਚਾਹੀਦੀਆਂ ਨੇ, ਲੋਕਾਂ ਨੂੰ ਇਹਨਾਂ ਦਾ ਇਤਿਹਾਸ ਪਤਾ ਹੋਣਾ ਚਾਹੀਦਾ। ਤਦੇ ਪਤਾ ਲੱਗਾ ਇਹਨਾਂ ਦੀਆਂ ਫਿਲਮਾਂ ਬਣੀਆਂ ਜਾਂ ਗਾਉਣ ਵਾਲਿਆਂ ਨੇ ਦੱਸਿਆ, ਨਹੀਂ ਤਾਂ ਉੱਦਾਂ ਕਿੱਥੇ ਪਤਾ ਲੱਗਣਾ ਸੀਗਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਟੋਕਰਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ।
ਪੰਜਾਬ ਦੇ ਵਿੱਚ ਇਤਿਹਾਸਿਕ ਫਿਲਮਾਂ ਦਾ ਦੌਰ ਫਿਰ ਤੋਂ ਸ਼ੁਰੂ ਹੋ ਗਿਆ। ਪੰਜਾਬ ਦੇ ਵਿੱਚ ਬੜੀਆਂ ਸੋਹਣੀਆਂ ਸੋਹਣੀਆਂ ਫਿਲਮਾਂ ਜਿਹੜੀਆਂ ਰਿਲੀਜ਼ ਹੋ ਰਹੀਆਂ ਨੇ। ਗੱਲ ਕਰਨੀ ਚਾਹੀਦੀ ਸੀ ਕਿਉਂਕਿ ਇੱਕ ਨਵਾਂ ਸੈਗਮੈਂਟ ਲੈ ਕੇ ਹਾਜ਼ਰ ਹੋਇਆ ਜਿਹਦੇ ਵਿੱਚ ਅਸੀਂ ਇੱਦਾਂ ਹੀ ਜੋ ਆਲੇ ਦੁਆਲੇ ਚੱਲ ਰਿਹਾ ਉਹਦੇ ਬਾਰੇ ਗੱਲਾਂ ਪਤਾ ਕਰਾਂਗੇ। ਪਰਸੋਂ ਫਿਲਮ ਦਾ ਟ੍ਰੇਲਰ ਰਿਲੀਜ਼ ਹੁੰਦਾ ਸੁੱਚਾ ਸੂਰਮਾ। ਜਦੋਂ ਮੈਂ ਟ੍ਰੇਲਰ ਦੇਖਦਾ ਅਤੇ ਕਿਉਂਕਿ ਬਚਪਨ ਦੇ ਵਿੱਚ ਸਰਕਾਰੀ ਸਕੂਲਾਂ 'ਚ ਪੜ੍ਹੇ ਹੋਏ ਅਸੀਂ ਅਤੇ ਉਹ ਗੱਲਾਂ ਸਾਨੂੰ ਜਿਵੇਂ ਸਾਡੇ ਟੀਚਰ ਦੱਸਦੇ ਸੀ, ਸਾਡੇ ਮਾਂ ਪਿਓ ਦੱਸਦੇ ਸੀਗੇ, ਉਹ ਸਕੂਲ ਦੇ ਵਿੱਚ ਵੀ ਜਿਹੜੇ ਉਹ ਗੱਲਾਂ ਬਾਤਾਂ ਜਿਵੇਂ ਅਸੀਂ ਟੀਚਰਾਂ ਤੋਂ ਸੁਣਦੇ ਸੀ, ਇਤਿਹਾਸ ਬਾਰੇ ਸੁਣਦੇ ਸੀ ਕਿ ਸੁੱਚਾ ਸੂਰਮਾ ਹੋਇਆ ਕੋਈ, ਕਿਉਂਕਿ ਮੋਸਟਲੀ 3 ਮਿੰਟ ਦੇ ਗਾਣੇ ਵਿੱਚ, 2.5 ਮਿੰਟ ਦੇ ਗਾਣੇ ਦੇ ਵਿੱਚ ਕੀ ਦੱਸਿਆ ਜਾਂਦਾ ਕਿ ਸੁੱਚਾ ਸੂਰਮਾ ਜਿਹੜਾ ਹੋਇਆ, ਇਹ ਭਾਬੋ ਬਲਬੀਰੋ ਅਤੇ ਘੂਕਰ ਜਿਹੜਾ ਹੈ ਨਾ, ਉਹ ਉਹਨਾਂ ਦੇ ਜਿਹੜੇ ਆਪਸ ਵਿੱਚ ਜੋ ਸੰਬੰਧ ਸੀ, ਕਿਵੇਂ ਉਹਨੇ ਫੌਜ ਤੋਂ ਛੁੱਟੀ ਲੈ ਕੇ ਕਿਵੇਂ ਉਹਨੂੰ ਮਾਰਿਆ ਹੈ ਨਾ। ਪਰ ਇਹ ਜਿਹੜਾ ਸੁੱਚਾ ਸੂਰਮਾ, ਸਿਰਫ ਇਹਦੇ ਸ਼ਬਦਾਂ ਕਰਕੇ ਸੂਰਮਾ ਨਹੀਂ ਲੱਗਾ ਹੈਗਾ, ਸੂਰਮਾ ਕਿਉਂ ਲੱਗਾ ਆ, ਫਿਲਮ ਦਾ ਟ੍ਰੇਲਰ ਦੇਖਿਆ ਅਤੇ ਇਮੋਸ਼ਨਲ ਤਾਂ ਹੋ ਹੀ ਜਾਂਦਾ, ਕਿਉਂਕਿ ਜਦੋਂ ਅਸੀਂ ਇੱਕ ਕਲਾਕਾਰ ਨੂੰ ਨਹੀਂ ਦੇਖਦੇ, ਅਸੀਂ ਉੱਥੇ ਸੁੱਚਾ ਸੂਰਮਾ ਹੀ ਦੇਖਦੇ ਉਹਨੂੰ ਜਦੋਂ ਆਪਾਂ ਇਮੈਜਿਨ ਕਰਦੇ। ਕਿਉਂਕਿ ਜੇ ਫਿਲਮਾਂ ਦੀ ਗੱਲ ਕਰੀਏ ਤਾਂ ਆਰਟਿਸਟ ਜਿਹੜਾ ਕਲਾਕਾਰ ਹੁੰਦਾ ਉਹ ਸਾਨੂੰ ਉਹ ਇੰਨੀ ਮਿਹਨਤ ਕਰਦਾ ਅਤੇ ਉਹ ਉੱਥੇ ਲੈ ਕੇ ਜਾਂਦਾ ਹੈ ਨਾ। ਜਿਵੇਂ ਇੱਕ ਲਿਖਾਰੀ ਹੁੰਦਾ ਜਾਂ ਕੋਈ ਕਹਾਣੀਕਾਰ ਹੁੰਦਾ, ਉਹ ਕਹਾਣੀ ਲਿਖਦਾ ਸਾਨੂੰ ਉੱਥੇ ਪਹੁੰਚਾ ਦਿੰਦਾ ਜਿੱਥੇ ਉਹ ਪਹੁੰਚਾਉਣਾ ਚਾਹੁੰਦਾ, ਇੱਕ ਵਧੀਆ ਕਲਾਕਾਰ, ਇੱਕ ਵਧੀਆ ਰਾਈਟਰ, ਇੱਕ ਵਧੀਆ ਕਹਾਣੀਕਾਰ। ਇੱਦਾਂ ਹੀ ਫਿਲਮ ਦਾ ਟ੍ਰੇਲਰ ਜਦੋਂ ਦੇਖਿਆ ਮੈਨੂੰ ਲੱਗਾ ਕਿ ਮੈਂ ਕਿਹਾ ਚੱਲ ਗੱਲ ਕਰਨੀ ਚਾਹੀਦੀ ਹੈ ਨਾ ਪੰਜਾਬ ਦੇ ਜੇ ਮੁੱਦੇ ਨੂੰ। ਉਹਨਾਂ ਮੁੱਦਿਆਂ ਦੇ ਵਿੱਚ ਇੱਕ ਇਹ ਵੀ ਮੁੱਦਾ ਹੈ ਕਿ ਪੰਜਾਬ ਦੇ ਇਤਿਹਾਸ ਬਾਰੇ ਨਵੀਂ ਜਨਰੇਸ਼ਨ ਨੂੰ ਨਹੀਂ ਪਤਾ, ਘੂਕਰ ਕਿਵੇਂ ਆ, ਘੂਕਰ ਬਾਰੇ, ਬਲਬੀਰੋ ਭਾਬੀ ਬਾਰੇ, ਸੁੱਚੇ ਸੂਰਮੇ ਬਾਰੇ ਲੋਕਾਂ ਨੂੰ ਪਤਾ, ਪਰ ਸੁੱਚਾ ਸੂਰਮਾ ਨਾਂ ਕਿਉਂ ਲੱਗਾ ਉਹ ਲੋਕਾਂ ਨੂੰ ਨਹੀਂ ਪਤਾ। ਸੁੱਚੇ ਸੂਰਮੇ ਨੇ ਜਦੋਂ ਹਿੰਦੂ ਸਮਾਜ ਦੇ ਵਿੱਚ ਗਊ ਦੀ ਪੂਜਾ ਕੀਤੀ ਜਾਂਦੀ ਹੈ, ਸਤਿਕਾਰ ਕੀਤਾ ਜਾਂਦਾ, ਜਿਹੜੇ ਬੁੱਚੜ ਸੀ ਉਹਨਾਂ ਨੂੰ ਮਾਰਦੇ ਸੀ, ਵੱਢਦੇ ਸੀ, ਪਰ ਸਭ ਤੋਂ ਪਹਿਲਾਂ ਸੁੱਚੇ ਨੇ ਕੀ ਕੀਤਾ, ਉਹ ਜਿਹੜੇ ਬੁੱਚੜ ਉਹਨਾਂ ਨੂੰ ਮਾਰਿਆ। ਹੁਣ ਸਤਿਕਾਰ ਬਣਿਆ ਹਿੰਦੂ ਸਮਾਜ ਦੇ ਵਿੱਚ, ਰਿਸਪੈਕਟ ਕਰਦੇ, ਇੱਜ਼ਤ ਕਰਦੇ ਨੇ ਲੋਕ, ਸਾਡੇ ਵੀਰ ਜਿਹੜੇ ਹਿੰਦੂ ਲੋਕ ਨੇ ਸਾਡੇ ਰਿਸਪੈਕਟ ਕਰਦੇ ਨੇ। ਇਹ ਫਿਲਮ ਦੇ ਵਿੱਚ ਹੋਰ ਵੀ ਬੜੀਆਂ ਗੱਲਾਂ ਜਿਹੜੀਆਂ ਤੁਹਾਨੂੰ ਪਤਾ ਲੱਗਣਗੀਆਂ, ਕਿਉਂਕਿ ਇਤਿਹਾਸ ਦੀਆਂ ਗੱਲਾਂ ਨੇ ਬਾਈ ਜੀ, ਜ਼ਰੂਰ ਦੇਖਿਓ। ਮੈਂ ਜਦੋਂ ਦੱਸਿਆ ਸੀ ਨਾ ਤੁਹਾਨੂੰ, ਮੈਂ ਟ੍ਰੇਲਰ ਦੇਖਿਆ, ਮੈਂ ਇਮੋਸ਼ਨਲ ਹੋ ਗਿਆ, ਕਿਉਂਕਿ ਮੈਂ ਉੱਥੇ ਬੱਬੂਮਾਨ ਬਾਈ ਨੂੰ ਨਹੀਂ ਦੇਖਿਆ, ਮੈਂ ਉੱਥੇ ਸੱਚੀ ਸੁੱਚਾ ਦੇਖਿਆ, ਕਿਉਂਕਿ ਜਿਹੜਾ ਇਤਿਹਾਸ ਆ ਸਾਡਾ ਉਹ ਇਤਿਹਾਸ ਦੇਖਣਾ ਚਾਹੀਦਾ ਸਾਨੂੰ, ਨਾ ਕਿ ਇਹ ਕਿਹੜਾ ਕਲਾਕਾਰ ਆ, ਕਿਹੜਾ ਵਿੱਚ ਸਿੰਗਰ। ਜਦੋਂ ਅਸੀਂ ਦੇਖਦੇ ਹਾਂ ਨਾ ਕਿ ਆਹ ਕਲਾਕਾਰ ਨਹੀਂ, ਇਹ ਇੱਕ ਸਾਡਾ ਕਰੈਕਟਰ ਆ, ਜਿਵੇਂ ਹੋਰ ਅਸੀਂ ਕੋਈ ਕਰੈਕਟਰ ਦੇਖਦੇ ਹਾਂ, ਫਿਲਮਾਂ ਦੇਖਦੇ ਹਾਂ, ਇਤਿਹਾਸਿਕ ਫਿਲਮਾਂ, ਪੰਜਾਬ ਦੇ ਵਿੱਚ ਇਤਿਹਾਸਿਕ ਫਿਲਮਾਂ ਆਈਆਂ, ਬੜੀ ਚੰਗੀ ਗੱਲ ਆ। ਪੰਜਾਬ ਦੇ ਵਿੱਚ ਇਤਿਹਾਸਿਕ ਫਿਲਮਾਂ ਆਉਣੀਆਂ ਚਾਹੀਦੀਆਂ ਨੇ, ਨਵੀਂ ਜਨਰੇਸ਼ਨ ਨੂੰ ਪਤਾ ਹੋਣਾ ਚਾਹੀਦਾ ਕਿ ਆਹ ਸਾਡੇ ਜਿਹੜੇ ਸੂਰਮੇ ਹੋਏ ਨੇ, ਆਹ ਸਾਡੇ ਯੋਧੇ ਹੋਏ ਨੇ। ਇਹ ਬੜਾ ਵਧੀਆ ਉਪਰਾਲਾ ਹੈ। ਫਿਲਮ ਦੇ ਵਿੱਚ ਕਰੈਕਟਰ ਬਹੁਤ ਕਮਾਲ ਦੇ ਨੇ, ਠੀਕ ਹੈ ਜੀ। ਚੀਮਾ, ਸਰਬਜੀਤ ਚੀਮਾ, ਤੁਸੀਂ ਪਤਾ ਹੀ ਤੁਹਾਨੂੰ ਪੰਜਾਬ ਦੇ ਵਿੱਚ ਜੇ ਲੋਕ ਬੋਲੀਆਂ ਦੀ ਗੱਲ ਕਰਦੇ, ਕਿਉਂਕਿ ਸਾਡਾ ਹੈ ਨਾ ਜੇ ਸਾਡਾ ਹਿਸਟਰੀ ਆ, ਸਾਡਾ ਜੇ ਸੱਭਿਆਚਾਰ ਆ, ਸਾਡਾ ਕਲਚਰ ਆ, ਉਹਨਾਂ ਨੂੰ ਬਾਈ ਨੇ ਸੰਭਾਲ ਕੇ, ਬਾਈ ਦੇ ਗਾਣੇ ਵੀ ਤੁਸੀਂ ਸੁਣੇ ਹੋਣੇ ਨਾ, ਅਤੇ ਹੋਰ ਵੀ ਬੜੇ ਵਧੀਆ ਵਧੀਆ ਆਰਟਿਸਟ ਨੇ ਜਿਹੜੇ, ਅਤੇ ਫਿਲਮ ਦੇ ਤੁਸੀਂ ਦੇਖਿਓ ਤੁਹਾਨੂੰ ਉਹ ਜਿਹੜਾ ਪੁਰਾਣਾ ਸਮਾਂ ਜਿਹੜਾ ਫਿਲਮ ਦੇ ਵਿੱਚ ਉਹਨਾਂ ਨੇ ਜਿਹੜੀ ਹੈ ਨਾ ਸਕਰੀਨ ਪਲੇ ਜਿਹੜਾ ਹੁੰਦਾ ਉਹ ਫਿਲਮ ਪੁਰਾਣੇ ਸਮੇਂ 'ਚ, ਜਿਵੇਂ ਤੁਸੀਂ ਆਪਾਂ ਦੇਖਦੇ ਹੁੰਦੇ ਹਾਂ ਪੁਰਾਣਾ ਪੰਜਾਬ ਸੀ, ਪਾਕਿਸਤਾਨ ਦੇ ਕੁਛ ਹਿੱਸਿਆਂ 'ਚ ਹਜੇ ਵੀ ਉਹ ਘਰਾਂ ਨੇ, ਉਹ ਅਸੀਂ ਦੇਖਦੇ ਹਾਂ ਤਾਂ ਸਾਡਾ ਬੜਾ ਮਨ ਰਾਜ਼ੀ ਹੁੰਦਾ ਕਿ ਉਹ ਸਾਡਾ ਪੰਜਾਬ, ਪੁਰਾਣਾ ਪੰਜਾਬ ਫਿਲਮ ਦੇ ਵਿੱਚ ਦਰਸਾਇਆ ਗਿਆ, ਠੀਕ ਹੈ ਜੀ। ਅੰਗਰੇਜ਼ਾਂ ਦਾ ਰਾਜ ਸੀ, ਕਿਵੇਂ
ਸੁੱਚਾ ਸੂਰਮਾ ਭਰਤੀ ਹੋਇਆ, ਕਿਵੇਂ ਫੌਜ 'ਚ ਛੁੱਟੀ ਲੈ ਕੇ ਆਇਆ, ਫਿਰ ਉਹਨੇ ਕੀ ਕੀਤਾ, ਕਿਵੇਂ ਉਹਨੇ ਅੰਗਰੇਜ਼ ਦੇ ਬੱਚਿਆਂ ਨੂੰ ਬਚਾਇਆ, ਫਿਰ ਉਹ ਅੰਗਰੇਜ਼ ਨੇ ਕਿਹਾ ਕਿ ਤੈਨੂੰ 3 ਕਤਲ ਮਾਫ਼ ਨੇ, ਉਹਨੂੰ ਪਤਾ ਸੀ ਇਹ ਸੂਰਮਾ ਹੈ, ਇਹਨੇ ਮਾੜਾ ਬੰਦਾ ਨਹੀਂ ਮਾਰਨਾ, ਇਹਨੇ ਹਮੇਸ਼ਾ ਗਲਤ ਬੰਦਾ ਹੀ ਮਾਰਨਾ, ਫਿਰ ਸਭ ਤੋਂ ਪਹਿਲਾਂ ਉਹਨੇ ਪੁੱਛੜ ਮਾਰੀ। ਫਿਰ ਬਾਕੀ ਜੇ ਸਾਰੀ ਗੱਲ ਤਾਂ ਮੈਂ ਫਿਲਮ ਦੀ ਦੱਸ ਦਿੱਤਾ ਉਹ ਵਧੀਆ ਨਹੀਂ ਹੋਊਗਾ, ਤੁਸੀਂ ਜਾ ਕੇ ਜ਼ਰੂਰ ਸਿਨੇਮਾ ਘਰਾਂ 'ਚ ਦੇਖਣੀ ਆ ਸੁੱਚਾ ਸੂਰਮਾ, ਬਹੁਤ ਕਮਾਲ ਦੀ ਫਿਲਮ ਆ। ਬਹੁਤ ਬਹੁਤ ਧੰਨਵਾਦ ਤੁਹਾਡਾ।